ਫੀਸਾਂ ਨੂੰ ਲੈ ਕੇ ਬਾਬਾ ਫਰੀਦ ਕਾਲਜ ਦੇ ਬਾਹਰ ਮਾਰਿਆ ਕਿਸਾਨਾਂ ਨੇ ਧਰਨਾ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੀਤੀ ਇਹਨਾਂ ਵਿਦਿਆਰਥੀਆਂ ਦੀ ਹਮਾਇਤ। ਦੱਸ ਦਈਏ ਕਿ ਕਰੋਨਾ ਦੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਕਾਲਜ ਅਤੇ ਸਕੂਲ ਬੰਦ ਪਏ ਹਨ ਅਤੇ ਹੁਣ ਬਾਬਾ ਫਰੀਦ ਕਾਲਜ ਵੱਲੋਂ ਬੱਚਿਆਂ ਨੂੰ ਫੀਸਾਂ ਭਰਨ ਲਈ ਆਖਿਆ ਗਿਆ ਹੈ, ਜਿਸ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਨੇ ਬੱਚਿਆਂ ਦੀ ਹਮਾਇਤ 'ਤੇ ਆ ਕੇ ਕਾਲਜ ਦੇ ਗੇਟ ਮੂਹਰੇ ਪੱਕਾ ਮੋਰਚਾ ਲਗਾ ਦਿੱਤਾ। ਛਿੱਤਰਾਂ ਦੀ ਮਾਰੀ ਨੌ ਮਣ ਝੜਦੀ ਹੈ, ਇਹ ਸਾਨੂੰ ਜਦੋਂ ਅਸੀਂ ਗੱਲ ਪੁੱਛੀ ਸੀ ਉਹਦੇ ਵੱਡੇ ਕਹਾਉਂਦੇ ਪਾਗਲ ਕਹਿੰਦੇ, ਜਿਹੜੇ ਕਹਿੰਦੇ ਸੀ ਪੁੱਠੇ ਹੱਥ ਮਾਰੋ ਮੁਰਦਾਬਾਦ ਮੁਰਦਾਬਾਦ, ਸਾਡਾ ਹੱਕ ਇੱਥੇ ਰੱਖ, 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 ਸਾਡਾ ਹੱਕ ਇੱਥੇ ਰੱਖ। ਵਿਦਿਆਰਥੀ ਨਾਲ ਇੱਕ ਨਜਾਇਜ਼ ਧੱਕਾ ਕੀਤਾ ਜਾ ਰਿਹਾ ਹੈ। ਅਸੀਂ ਅੱਜ ਇੱਥੇ ਇਸ ਇਕੱਠ ਰਾਹੀਂ ਕਾਲਜ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਕਿ ਸਾਡੇ ਤੋਂ ਸਿਰਫ ਟਿਊਸ਼ਨ ਫੀਸਾਂ ਅਤੇ ਯੂਨੀਵਰਸਿਟੀ ਫੀਸਾਂ ਵਸੂਲ ਕੀਤੀਆਂ ਜਾਣ। ਅਸੀਂ ਉਮੀਦ ਕਰਦੇ ਹਾਂ ਕਾਲਜ ਪ੍ਰਸ਼ਾਸਨ ਸਾਡੀ ਗੱਲ ਜ਼ਰੂਰ ਸੁਣੇਗਾ। ਧੰਨਵਾਦ। ਮੇਰਾ ਨਾਮ ਸੁਖਦੀਪ ਕੌਰ ਹੈ ਜੀ, ਕਮਰਸ ਡਿਪਾਰਟਮੈਂਟ। ਹਾਂਜੀ, ਅੱਜ ਅਸੀਂ ਇੱਥੇ ਸਾਰੇ ਵਿਦਿਆਰਥੀ ਪਹੁੰਚੇ ਹਾਂ, ਕੁਛ ਕੁ ਮੇਰੀਆਂ ਭੈਣਾਂ ਵੀ ਪਹੁੰਚੀਆਂ ਨੇ, ਕੁਛ ਕੁ ਨਹੀਂ ਵੀ ਆ ਸਕਦੀਆਂ, ਜਿਨ੍ਹਾਂ ਨੂੰ ਪ੍ਰੋਬਲਮ ਸੀ ਭੈਣਾਂ ਨੂੰ ਉਹ ਨਹੀਂ ਆ ਸਕੀਆਂ, ਪਰ ਜਿਹੜੇ ਸਾਡੇ ਮੇਰੇ ਭਰਾ ਸੀਗੇ ਵਿਦਿਆਰਥੀ ਉਹ ਸਾਰੇ ਪਹੁੰਚੇ ਸੀ ਇੱਥੇ, ਅੱਜ ਪਹੁੰਚੇ ਵੀ ਹੋਏ ਆ, ਤੁਸੀਂ ਦੇਖ ਹੀ ਰਹੇ ਹੋ। ਅਤੇ ਸਾਡਾ ਜਿਹੜਾ ਇਹਨਾਂ ਦਾ ਇੱਥੇ ਪਹੁੰਚਣ ਦਾ ਜਿਹੜਾ ਮੇਨ ਮਕਸਦ ਹੈ, ਮੇਨ ਕੰਮ ਹੈ ਜਿਹੜਾ, ਉਹ ਇਹੀ ਹੈ ਵੀ ਜਿਹੜੇ ਟਿਊਸ਼ਨ ਫੀਸ ਹੈ ਜਿਹੜੀ ਉਹ ਅਸੀਂ ਭਰਾਂਗੇ, ਜਿਹੜੇ ਅਦਰ ਫੰਡ ਹੈ ਉਹ ਅਸੀਂ ਨਹੀਂ ਭਰਾਂਗੇ, ਕਿਉਂਕਿ ਜਿਹੜੇ ਆਪਣੇ ਕਾਲਜ ਵਾਲੇ ਲਗਾਤਾਰ ਡਰਾ ਧਮਕਾ ਰਹੇ ਨੇ ਕਿ ਤੁਸੀਂ ਸਾਰੀ ਜਿਹੜੀ ਫੀਸ ਆ ਉਹ ਸਾਨੂੰ ਜਮ੍ਹਾਂ ਕਰਵਾਉਣੀ ਹੀ ਪਊਗੀ। ਬਕਾਇਦਾ ਪੇਰੈਂਟਸ ਨੂੰ ਵੀ ਫੋਨ ਕੀਤੇ ਜਾ ਰਹੇ ਹੈ, ਬਕਾਇਦਾ ਸਟੂਡੈਂਟ ਨੂੰ ਵੀ ਫੋਨ ਕੀਤੇ ਜਾ ਰਹੇ ਹੈ ਕਿ ਤੁਹਾਡੀ ਅਸੈਸਮੈਂਟ ਨਹੀਂ ਲੱਗੇਗੀ, ਅਸੈਸਮੈਂਟ ਹੈ ਜਿਹੜੀ ਉਹ ਨਹੀਂ ਲੱਗੇਗੀ, ਜਾਂ ਕੋਈ ਵੀ ਜੋ ਵੀ ਆਪਣਾ ਹਾਜ਼ਰੀ ਦਾ ਹੁੰਦਾ ਉਹ ਪ੍ਰੋਸੈਸ ਹੈ ਜਿਹੜਾ ਉਹ ਤੁਹਾਡੇ ਹੱਕ ਦੇ ਵਿੱਚ ਨਹੀਂ ਹੋਵੇਗਾ। ਜਿਹੜੀਆਂ ਇਹ ਡਰਾਵੇ ਧਮਕਾਏ ਤੋਂ ਅਸੀਂ ਨਹੀਂ ਡਰਨ ਵਾਲੇ, ਅਸੀਂ ਇੱਕ ਵੀ ਪੈਸਾ ਨਹੀਂ ਦੇਣਾ ਬਿਲਕੁਲ, ਅਸੀਂ ਹਮੇਸ਼ਾ ਜਿਹੜੀ ਟਿਊਸ਼ਨ ਫੀਸ ਦੇ ਹੱਕ ਵਿੱਚ ਹੀ ਸੀ, ਅਸੀਂ ਟਿਊਸ਼ਨ ਫੀਸ ਹੀ ਦੇਵਾਂਗੇ। ਅਸੀਂ ਪਹਿਲਾਂ ਲਗਾਤਾਰ ਜਿਹੜਾ ਧਰਨੇ 'ਤੇ ਜ਼ਰੂਰ ਬੈਠਾਂਗੇ, ਜੇ ਸਾਡੇ ਅੱਜ ਨਹੀਂ ਗੱਲ ਸੁਣੀ ਗਈ ਅਸੀਂ ਅਗਲੇ ਦਿਨ ਫਿਰ ਬੈਠਾਂਗੇ ਅਤੇ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਉਹ ਜ਼ਰੂਰ ਮਨਵਾਵਾਂਗੇ। ਮੇਰਾ ਨਾਮ ਬਈ ਮਨਪ੍ਰੀਤ ਸਿੱਧੂ ਆ ਅਤੇ ਮੈਂ ਇੱਥੇ MA ਪੰਜਾਬੀ ਦਾ ਸਟੂਡੈਂਟ ਹਾਂ ਬਾਬਾ ਫਰੀਦ ਕਾਲਜ ਦੌਣ ਬਠਿੰਡਾ ਦਾ। ਅਤੇ ਜਿਹੜੀਆਂ ਵੀ ਅੱਜ ਪ੍ਰਦਰਸ਼ਨ ਹੋ ਰਿਹਾ, ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨ ਜਥੇਬੰਦੀਆਂ ਸਾਥ ਦੇ ਰਹੀਆਂ ਜਾਂ ਕੁਛ ਹੋਰ ਵੀ ਅਤੇ ਸਟੂਡੈਂਟਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਠੀਕ ਹੈ। ਕਰੋਨਾ ਦੀ ਮਹਾਂਮਾਰੀ ਸਾਨੂੰ ਬਾਹਰ ਨਿਕਲਣ ਦਾ ਇਹੀ ਹੈ, ਜਿਹੜੀਆਂ ਸਾਡੇ ਤੋਂ ਨਜਾਇਜ਼ ਫੀਸਾਂ ਧੱਕੇ ਨਾਲ, ਮਤਲਬ ਇੱਕ ਬਲੈਕਮੇਲ ਕੀਤਾ ਜਾਂਦਾ, ਪ੍ਰੈਸ਼ਰਾਈਜ਼ ਕੀਤਾ ਜਾਂਦਾ ਸਟੂਡੈਂਟਾਂ ਨੂੰ, ਠੀਕ ਆ। ਇੱਕ ਮਤਲਬ ਵੀ ਟੋਰਚਰ ਕਹਿ ਸਕਦੇ ਹਾਂ, ਜੋ ਇੱਕ ਕਾਨੂੰਨੀ ਤੌਰ 'ਤੇ ਬਹੁਤ ਅਸੀਂ ਕਹਿ ਸਕਦੇ ਬਹੁਤ ਘਟਕਾ ਹਰਕਤ ਕਰ ਰਹੇ ਆ ਇਹ ਕਾਲਜ ਵਾਲੇ। ਜਵਾਕਾਂ ਨੂੰ ਉਹਨਾਂ ਦੇ ਮਾਰਕਸ ਵਗੈਰਾ 'ਤੇ ਡਰਾਇਆ ਜਾਂਦਾ, ਉਹਨਾਂ ਦੀਆਂ ਐਡਮਿਸ਼ਨਾਂ 'ਤੇ ਡਰਾਇਆ ਜਾਂਦਾ, ਉਹਨਾਂ ਦੀ ਹਾਜ਼ਰੀ ਲਈ ਡਰਾਇਆ ਜਾਂਦਾ ਗਾ ਵੀ ਇਹ ਧੱਕੇ ਨਾਲ ਸਾਡੀਆਂ ਫੀਸਾਂ ਭਰ ਦੇਣਾ। ਇਹਨਾਂ ਨੂੰ ਅਸੀਂ ਆਖਿਆ ਵੀ ਅਸੀਂ ਸਟੂਡੈਂਟ ਜਿਹੜੇ ਟਿਊਸ਼ਨ ਫੀਸ ਅਤੇ ਯੂਨੀਵਰਸਿਟੀ ਫੰਡ ਆ ਜਿਹੜੇ ਭਰਨ ਲਈ ਤਿਆਰ ਆ, ਪਰ ਕਾਲਜ ਇਹ ਗੱਲ ਸਾਡੀ ਕਿਸੇ ਵੀ ਹਾਲਾਤ 'ਚ ਸੁਣਨ ਲਈ ਤਿਆਰ ਨਹੀਂ, ਨਾ ਸਾਡੇ ਨੇ ਇਹਨਾਂ ਕੋਈ ਸੁਣਵਾਈ ਕੀਤੀ ਆ ਨਾ ਕੋਈ ਹੋਰ। ਇੱਕ ਮੀਟਿੰਗ ਹੋਈ ਉਹਦੇ ਸਾਡੇ ਨਾਲ ਇਹ ਫੈਸਲਾ ਥੋਪਤਾ ਇਹਨਾਂ ਨੇ ਧੱਕੇ ਨਾਲ, ਕਹਿ ਕੇ ਕਹਿੰਦੇ ਵੀ ਅਸੀਂ ਜਿਹੜੇ ਜਿਹੜੀ ਤੁਹਾਡੀ ਮੀਟਿੰਗ ਹੋਈ ਉਹਦੇ ਜਾ ਕੇ ਵੀ ਤੁਸੀਂ ਇੱਕ ਵਾਰੀ ਫੀਸਾਂ ਭਰ ਦਿਓ, ਉਸ ਤੋਂ ਬਾਅਦ ਜਾ ਕੇ ਤੁਹਾਡੀਆਂ ਫੀਸਾਂ ਅਸੀਂ ਮੋੜ ਦਾਂਗੇ, ਉਹ ਵੀ ਜੇ ਤੁਸੀਂ ਕਿਸੇ ਵੀ ਸਰਕਾਰ ਤੋਂ ਜਾਂ ਕਿਸੇ ਵੀ ਕੋਰਟ ਤੋਂ ਅਫੀਸ਼ਲੀ ਨੋਟਸ ਲਿਆਵਾਂਗੇ, ਜਿਸ ਕਰਕੇ ਸਟੂਡੈਂਟ ਇਹਨਾਂ ਤੋਂ ਬਹੁਤ ਜ਼ਿਆਦਾ ਨਿਰਾਸ਼ ਹੈ ਅਤੇ ਅਜੇ ਉਹਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ। ਹਜੇ ਇਕੱਠ ਵੀਰੇ ਬਹੁਤ ਘੱਟ ਹੋਇਆ ਸੀ, ਤਾਂ ਕਰਕੇ ਕੋਈ ਸਟੂਡੈਂਟ ਕਰੋਨਾ ਕਰਕੇ ਵੀ ਆਇਆ, ਇੱਕ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ, ਪਰ ਜੇ ਇੱਦਾਂ ਹੀ ਇਹ ਲੋਟ ਨਾ ਆਏ ਤਾਂ ਫਿਰ ਸਾਨੂੰ ਜਿੱਥੇ ਵੀ ਜਾਣਾ ਪਿਆ ਸੀ ਰੋਜ਼ ਮੁਜ਼ਾਹਰਾ ਕਰ ਲਿਆ। ਮੇਰਾ ਨਾਮ ਅਮਰੀਕ ਸਿੰਘ ਹੈ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦਾ ਬਲਾਕ ਪ੍ਰਧਾਨ ਹੈ ਬਠਿੰਡੇ ਬਲਾਕ ਦਾ। ਅੱਜ ਜਿਹੜਾ ਇਹ ਸਟੂਡੈਂਟ ਇੱਥੇ ਪ੍ਰਦਰਸ਼ਨ ਕਰ ਰਹੇ ਹੈ, ਇੱਥੇ ਲੋਕਡਾਊਨ ਜਾਂ ਆਹ ਜਿਹੜਾ ਕਰੋਨਾ ਮਾਰੀ ਵਾਲਾ ਜਿਹੜਾ ਮਹਾਮਾਰੀ ਫੈਲੀ ਵੀ ਹੈ, ਇਹਦੀ ਆੜ ਦੇ ਵਿੱਚ ਜਿਹੜਾ ਹੈਗਾ ਇਹ ਕਾਲਜ ਮਤਲਬ ਬੰਦ ਕੀਤੇ ਹੋਏ ਹੈ। ਸਟੂਡੈਂਟ ਮਤਲਬ ਆ ਨਹੀਂ ਸਕਦੇ ਕਿਉਂਕਿ ਮਹਾਮਾਰੀ ਫੈਲਣ ਦਾ ਖਤਰਾ ਹੈ। ਸਾਰੇ ਅਦਾਰੇ ਮਤਲਬ ਇੱਥੇ ਬੰਦ ਹੈ ਸਾਡੇ, ਮਤਲਬ ਜਦੋਂ ਸਟੂਡੈਂਟ ਇੱਥੇ ਆਉਂਦੇ ਨਹੀਂ, ਪੜ੍ਹਾਉਂਦਾ ਨਹੀਂ ਕੋਈ ਇੱਥੇ, ਮਤਲਬ
साढ़े जेडे आए स्टूडेंट पहली गल तो नेड़ले पिंड तो वह गरीब किसानों के धी पुत है उन्नी आमदन है नहीं पहले ही मतलब जोड़े वो सरकारी अदारे है जोड़े वो बंद कर छे है योजे जोड़े मतलब व्यापारक अदारे है इनू असी व्यापारक अदारे कहने क्योंकि मुनाफे की खातर मतलब ये सरकार यह अदारे खोल रही है जोड़े व्डे मुनाफे कमा ये अदारे है जोड़े साढ़े वो कॉलेज है रजिंद्रा कॉलेज है होर कॉलेज है जोड़े बिल्कुल मतलब घट फीसा वाले अदारे से वह बंद कर रहे हैं उत्थे भर्ती नहीं हो रही योजे अदारे खोल के पहले ही वीड्डी लुट मचा रहे अज मतलब कोरोना का करके एक अदारे बंद है साढ़े स्टूडेंट इतने आ नहीं रहे पर सरकार मतलब ये आड़ च यह मतलब फीसा जड़िया उन्नी ही वसूल कर रही है लोगों की मंग है भी जे इतने स्टूडेंट आते ही नहीं कोई पढ़ा नहीं फिर यह मतलब फीसा कह दी है बठिंडा सरगर्मी देखने लिए साढ़े चैनल सबसक्राइब करो बेल आइकन का बटन दबाओ लाइक करो।